हाँ जी दोस्तों, आज थानू मैं रेफ्रिजरेटर दे थर्मोस्टेट दे बारे दसांगा कि अगर ये खराब हो जाता तो अपने की दिक्कत आती है ने। इस फ्रिज दे विच जिहड़ी दिक्कत आई सी वो ये सी कि ये कूलिंग पूरी कर रहा सीगा, तां ये मोटर नू कट ऑफ नहीं सी कर रही, मतलब लगातार ही फ्रिज चल रही सी, तां इस करके जिहड़ा नीचे वाला जिहड़ा पोर्शन सीगा ਇਹਦੇ ਵਿੱਚ ਆਪਾਂ ਕੋਈ ਵੀ ਸਬਜ਼ੀ ਦੁੱਧ ਵਗੈਰਾ ਰੱਖਦੇ ਸੀ ਤਾਂ ਉਹ ਵੀ ਜੰਮ ਜਾਂਦਾ ਸੀਗਾ, ਤਾਂ ਫ੍ਰੀਜ਼ ਕਰ ਦਿੰਦਾ ਸੀ ਉਸਨੂੰ। ਤਾਂ ਇਸ ਪ੍ਰੋਬਲਮ ਦੇ ਲਈ ਜਿਹੜਾ ਸੀ ਸੋਲਿਊਸ਼ਨ ਆਪਣਾ ਥਰਮੋਸਟੇਟ ਹੈ। ਇਹ ਸਾਡਾ ਆਪਣਾ ਥਰਮੋਸਟੇਟ ਖਰਾਬ ਸੀਗਾ ਤਾਂ ਇਸਨੂੰ ਮੈਂ ਨਵਾਂ ਲਿਆ ਕੇ ਹੁਣ ਚੇਂਜ ਕਰ ਰਿਹਾ, ਰਿਪਲੇਸ ਕਰ ਰਿਹਾ। ਇਹ ਜਿਹੜੀ ਤਾਰ ਨਿਕਲੀ ਹੋਈ ਹੈ ਇਹ ਸੈਂਸਰ ਦੀ ਤਾਰ ਹੁੰਦੀ ਹੈ ਜਿਹੜੀ ਸੈਂਸ ਕਰਦੀ ਹੈ। ਇਹ ਆਪਣੀ ਜਿਹੜੀ ਫ੍ਰੀਜ਼ਰ ਹੁੰਦਾ ਉਹਦੇ ਵਿੱਚ ਨਿਚਲੀ ਸਾਈਡ 'ਤੇ ਲੱਗਦੀ ਹੈ, ਅਤੇ ਜਦੋਂ ਆਪਣਾ ਫ੍ਰੀਜ਼ਰ ਠੰਡਾ ਹੋ ਜਾਂਦਾ, ਕੂਲਿੰਗ ਕਰ ਦਿੰਦਾ, ਤਾਂ ਇਹ ਉਸਨੂੰ ਸੈਂਸ ਕਰਕੇ ਤਾਂ ਇਹ ਸਪਲਾਈ ਨੂੰ ਕੱਟ ਆਫ ਕਰ ਦਿੰਦੀ ਹੈ। ਇਹ ਐਜ਼ ਏ ਰਿਲੇ ਕੰਮ ਕਰਦੀ ਹੈ ਥਰਮੋਸਟੇਟ ਜਿਹੜੀ ਆਪਣੀ। ਇਹ ਤੁਸੀਂ ਨਵੀਂ ਲੈ ਕੇ ਆ ਸਕਦੇ ਹੋ, ਕੋਈ ਬਹੁਤੀ ਮਹਿੰਗੀ ਨਹੀਂ ਹੈ। ਇਹ ਮੇਰਾ ਵਰਲਪੂਲ ਦਾ ਫ੍ਰਿਜ ਹੈ ਤਾਂ ਮੈਂ ਵਰਲਪੂਲ ਦੀ ਲੈ ਕੇ ਆਇਆ ਜੀ, ਦਿਖਾ ਕੇ ਤੁਸੀਂ ਲੈ ਕੇ ਆ ਸਕਦੇ ਹੋ। ਦੇਖੋ ਨਵੀਂ ਇਹ ਇਸ ਟਾਈਪ ਦੀ ਹੁੰਦੀ ਆ। ਅਤੇ ਹੁਣ ਮੈਂ ਇਹਦੀ ਤੁਹਾਨੂੰ ਟੈਸਟਿੰਗ ਦੱਸਦਾ ਕਿ ਆਪਣੀ ਖਰਾਬ ਰਿਲੇਅ ਨੂੰ ਕਿੱਦਾਂ ਤੁਸੀਂ ਚੈੱਕ ਕਰ ਸਕਦੇ ਹੋ, ਅਤੇ ਨਵੀਂ ਰਿਲੇਅ ਜਿਹੜੀ ਹੈ ਉਹਨੂੰ ਟੈਸਟ ਕਰਕੇ ਆਪਾਂ ਕਿੱਦਾਂ ਚੈੱਕ ਕਰ ਸਕਦੇ ਹਾਂ। ਹਾਂਜੀ, ਇਹ ਆਪਣੀ ਪੁਰਾਣੀ ਰਿਲੇਅ ਹੈ ਜੀ, ਅਤੇ ਇਸਦੇ ਉੱਪਰ ਜਿਹੜਾ ਇਹ ਢੱਕਣ ਹੈ ਉਹ ਅੰਦਰ ਜਿਹੜਾ ਕੱਟ ਬਣਿਆ ਹੋਇਆ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ, ਉਹ ਜਿਹੜਾ ਕੱਟ ਹੈ ਉਹ ਇਸ ਸਾਈਡ ਆਏਗਾ ਜੀ, ਜਿਸ ਸਾਈਡ ਇਹਦੇ ਕੱਟ ਬਣਿਆ ਹੋਇਆ। ਤਾਂ ਇਸ ਨੂੰ ਆਪਾਂ ਫਿੱਟ ਕਰ ਲੈਂਦੇ ਹਾਂ। ਇਹ ਮੇਰੀ ਫਿੱਟ ਬੈਠ ਗਈ ਹੈ ਪੂਰੀ। ਅਤੇ ਹੁਣ ਇਹ ਜਿਹੜੀ ਹੈ ਜੀ ਔਫ ਕੰਡੀਸ਼ਨ ਦੇ ਵਿੱਚ ਹੈ, ਤੁਸੀਂ ਦੇਖ ਰਹੇ ਹੋ। ਅਤੇ ਇਸ ਨੂੰ ਇੱਕ ਨੰਬਰ, ਦੋ ਨੰਬਰ, ਜਿੱਥੇ ਵੀ ਆਪਾਂ ਸੈੱਟ ਕਰਨੀ ਹੁੰਦੀ ਹੈ ਉੱਥੇ ਆਪਾਂ ਸੈੱਟ ਕਰਦੇ ਹਾਂ। ਅਤੇ ਇਸ ਟਾਈਮ ਹੀ ਮੇਰੀ ਜਿਹੜੀ ਰਿਲੇਅ ਹੈ ਇਸ ਨੂੰ ਮੈਂ ਔਫ ਕੰਡੀਸ਼ਨ 'ਤੇ ਲੈ ਆਉਂਦਾ ਜੀ, ਔਫ ਨ ਔਫ 'ਤੇ ਉੱਪਰ ਹੈ। ਅਤੇ ਇਸ ਨੂੰ ਹੁਣ ਮੈਂ ਆਪਾਂ ਮਲਟੀਮੀਟਰ ਦੇ ਨਾਲ ਚੈੱਕ ਕਰਾਂਗੇ ਕਿ ਇਹ ਸਹੀ ਹੈ ਜਾਂ ਖਰਾਬ ਹੈ। ਮਲਟੀਮੀਟਰ ਲੈ ਕੇ ਆਪਾਂ ਇਸ ਨੂੰ ਮੈਂ ਕੰਟੀਨਿਊਟੀ ਵਾਲੀ ਅਤੇ ਸਿਲੈਕਟ ਕਰ ਦੇਣਾ ਆਪਾਂ, ਨੋਬ ਜਿਹੜੀ ਹੈ ਘੁੰਮਾ ਕੇ ਆਪਾਂ ਕੰਟੀਨਿਊਟੀ 'ਤੇ ਲੈ ਆਉਣਾ। ਉਸ ਤੋਂ ਬਾਅਦ ਇਹਦੀ ਜਿਹੜੀ ਦੋ ਲੀਡਾਂ ਨੇ ਉਹ ਅਗਰ ਸ਼ੋਰਟ ਕਰਾਂਗੇ ਤਾਂ ਬੀਪ ਦੀ ਆਵਾਜ਼ ਆਏਗੀ, ਤੁਹਾਨੂੰ ਸੁਣਾਈ ਦੇ ਰਹੀ ਹੋਵੇਗੀ। ਅਤੇ ਆਪਾਂ ਹੁਣ ਇਹਦੀ ਕੰਟੀਨਿਊਟੀ ਚੈੱਕ ਕਰਾਂਗੇ ਜੀ ਕਿ ਬੰਦ ਹੋਣ 'ਤੇ ਇਹ ਰਿਲੇਅ ਦੇ ਵਿੱਚ ਕੰਟੀਨਿਊਟੀ ਨਹੀਂ ਆਉਣੀ ਚਾਹੀਦੀ, ਆਪਣੀ ਜਿਹੜੀ ਬੀਪ ਦੀ ਆਵਾਜ਼ ਆ ਉਹ ਨਹੀਂ ਆਉਣੀ ਚਾਹੀਦੀ ਕਿਉਂਕਿ ਇਸ ਟਾਈਮ ਰਿਲੇਅ ਬੰਦ ਹੈ। ਤਾਂ ਆਪਾਂ ਚੈੱਕ ਕਰਦੇ ਹਾਂ ਜੀ, ਆਹ ਦੋ ਟਰਮੀਨਲ ਨੇ ਇਸਦੇ, ਔਰ ਇਹ ਤੀਸਰਾ ਜਿਹੜਾ ਟਰਮੀਨਲ ਹੈ ਜੀ ਇਹ ਅਰਥਿੰਗ ਦਾ, ਤਾਂ ਇਹ ਅਰਥ ਕਰਨ ਵਾਸਤੇ ਹੁੰਦਾ, ਤਾਂ ਬੋਡੀ ਨੂੰ ਅਰਥ ਕਰਨ ਵਾਸਤੇ ਹੁੰਦਾ। ਆਪਾਂ ਤੁਹਾਨੂੰ ਆਵਾਜ਼ ਸੁਣਾਈ ਦੇ ਰਹੀ ਹੋਏਗੀ ਬੀਪ ਦੀ। ਇਹ ਮੇਰਾ ਦੇਖੋ ਔਫ ਕੰਡੀਸ਼ਨ ਦੇ ਵਿੱਚ ਹੈ ਜੀ, ਇਹ ਔਫ ਕੰਡੀਸ਼ਨ ਦੇ ਵਿੱਚ ਬੀਪ ਦੀ ਆਵਾਜ਼ ਕਰ ਰਿਹਾ। ਇਸਦਾ ਮਤਲਬ ਇਹ ਹੈ ਕਿ ਇਹ ਰਿਲੇਅ ਜਿਹੜੀ ਆਪਣੀ ਖਰਾਬ ਹੋ ਚੁੱਕੀ ਹੈ, ਕਿ ਇਹ ਬੰਦ ਕਰਨ ਦੇ ਉੱਪਰ ਵੀ ਇਹ ਚਾਲੂ ਹੀ ਉਸੇ ਤਰ੍ਹਾਂ ਹੀ ਔਨ ਕੰਡੀਸ਼ਨ ਦੇ ਵਿੱਚ ਹੈ। ਅਤੇ ਹੁਣ ਆਪਾਂ ਦੇਖ ਲੈਂਦੇ ਹਾਂ ਜੀ ਨਵੇਂ ਨੂੰ, ਤਾਂ ਮੈਂ ਇਸ ਨੂੰ ਨਵੇਂ ਨੂੰ ਇਹਦੇ ਵਿੱਚ ਫਿੱਟ ਕਰ ਦੇਵਾਂਗਾ। ਦੇਖੋ ਆਵਾਜ਼, ਇਸਦੀ ਆਵਾਜ਼ ਵੀ ਆ ਰਹੀ ਹੈ ਜਦੋਂ ਆਪਾਂ ਔਫ ਕਰ ਦਿੰਦੇ ਹਾਂ, ਟੱਕ ਦੀ ਆਵਾਜ਼ ਆਉਂਦੀ ਹੈ। ਤਾਂ ਇਸ ਤੋਂ ਪਤਾ ਲੱਗਦਾ ਕਿ ਹਾਂਜੀ ਇਹ ਕੰਮ ਕਰ ਰਹੀ ਹੈ ਆਪਣੀ ਰਿਲੇ। ਦੇਖੋ ਹੁਣ ਇਹ ਇੱਕ ਨੰਬਰ 'ਤੇ ਆਪਾਂ ਸੈੱਟ ਕਰ ਸਕਦੇ ਹਾਂ, ਦੋ 'ਤੇ, ਤਿੰਨ 'ਤੇ, ਜਿੰਨੀ ਵੀ ਆਪਾਂ ਨੂੰ ਕੂਲਿੰਗ ਚਾਹੀਦੀ ਹੈ। ਤਾਂ ਮੈਂ ਹੁਣ ਇਹਨੂੰ ਔਫ ਕੰਡੀਸ਼ਨ ਦੇ ਵਿੱਚ ਲੈ ਕੇ ਜਾ ਰਿਹਾ ਜੀ, ਇਹ ਔਫ ਕੰਡੀਸ਼ਨ ਦੇ ਵਿੱਚ ਚਲੇਗੀ।
ਹੁਣ ਆਪਾਂ ਇਸ ਦੀ ਕੰਟੀਨਿਊਟੀ ਚੈੱਕ ਕਰ ਲੈਂਦੇ ਹਾਂ ਇਸ ਦੀ ਕੰਟੀਨਿਊਟੀ ਕਿਸ ਤਰ੍ਹਾਂ ਦੀ ਹੈ। ਦੇਖੋ ਆਫ ਕੰਡੀਸ਼ਨ ਦੇ ਵਿੱਚ ਹੈ ਜੀ, ਇਹਦੇ ਵਿੱਚ ਦੇਖੋ ਕੋਈ ਕੰਟੀਨਿਊਟੀ ਨਹੀਂ, ਤੁਹਾਨੂੰ ਬੀਪ ਦੀ ਆਵਾਜ਼ ਨਹੀਂ ਸੁਣਾਈ ਦੇ ਰਹੀ। ਔਰ ਇਸ ਦੇ ਵਿੱਚ ਤੁਹਾਨੂੰ ਬੀਪ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਇਹ ਖਰਾਬ ਹੋ ਚੁੱਕੀ ਹੈ ਆਪਣੀ ਰਿਲੇ। ਅਤੇ ਇਸ ਦੇ ਵਿੱਚ ਬੀਪ ਦੀ ਆਵਾਜ਼ ਕਦੋਂ ਆਏਗੀ? ਜਦੋਂ ਆਪਾਂ ਇਸ ਨੂੰ ਇੱਕ ਨੰਬਰ ਜਾਂ ਦੋ ਨੰਬਰ ਜਿੱਥੇ ਵੀ ਆਪਾਂ ਔਨ ਕਰਾਂਗੇ ਰਿਲੇ ਨੂੰ। ਹੁਣ ਮੈਂ ਇੱਕ ਨੰਬਰ ਦੇ ਉੱਪਰ ਕੀਤੀ ਹੋਈ ਹੈ ਜੀ। ਹੁਣ ਇਹਦੇ ਵਿੱਚ ਬੀਪ ਦੀ ਆਵਾਜ਼ ਆਉਣੀ ਚਾਹੀਦੀ ਹੈ। ਇਸ ਦਾ ਮਤਲਬ ਇਹ ਕਿ ਆਪਣਾ ਕਰੰਟ ਪਾਸ ਹੋ ਰਿਹਾ, ਸਪਲਾਈ ਜਿਹੜੀ ਆ ਉਹ ਪਾਸ ਹੋ ਰਹੀ ਹੈ ਇਹਦੇ ਵਿੱਚੋਂ। ਹਾਂ ਦੇਖੋ ਬੀਪ ਦੀ ਆਵਾਜ਼ ਆ ਰਹੀ ਹੈ। ਤਾਂ ਇਹ ਆਪਣੀ ਸੀਗਾ ਰਿਲੇਅ ਦੇ ਵਿੱਚ ਖਰਾਬੀ ਹੋਣ ਕਾਰਨ ਆਪਣੀ ਜਿਹੜੀ ਫਰਿੱਜ ਹੈ ਉਹ ਲਗਾਤਾਰ ਕੰਟੀਨਿਊਟੀ ਸਪਲਾਈ ਮਿਲ ਰਹੀ ਸੀ ਉਹਨੂੰ। ਅਤੇ ਕਈ ਵਾਰ ਇਹ ਹੁੰਦਾ ਕਿ ਜੀ ਇਹ ਆਪਣੀ ਸਪਲਾਈ ਨੂੰ ਔਨ ਹੀ ਨਹੀਂ ਕਰਦੀ, ਮਤਲਬ ਕੂਲਿੰਗ ਹੀ ਨਹੀਂ ਹੁੰਦੀ ਆਪਣੀ। ਤਾਂ ਉਸ ਚੀਜ਼ ਦੇ ਲਈ ਵੀ ਇਹ ਆਪਣੇ ਰਿਲੇਅ ਖਰਾਬ ਹੋ ਸਕਦੀ ਹੈ ਜਦੋਂ ਆਪਣੇ ਫਰਿੱਜ ਦੇ ਵਿੱਚ ਕੂਲਿੰਗ ਨਹੀਂ ਨਾ ਹੋਵੇ, ਮਤਲਬ ਇਹ ਸੈਂਸ ਹੀ ਨਹੀਂ ਕਰਦੀ ਰਿਲੇਅ, ਕਿਉਂਕਿ ਇਸ ਨੂੰ ਜਿਹੜੀ ਹੈ ਸਪਲਾਈ ਜਿਹੜੀ ਹੈ ਇੱਕ ਇਨਪੁੱਟ ਟਰਮੀਨਲ ਹੁੰਦਾ, ਇੱਕ ਆਊਟਪੁੱਟ ਟਰਮੀਨਲ ਹੁੰਦਾ। ਤਾਂ ਜਦੋਂ ਇਨਪੁੱਟ ਇਹਨੂੰ ਸਪਲਾਈ ਦੇ ਦਿੰਦੇ ਹਾਂ ਤਾਂ ਇਹ ਆਊਟਪੁੱਟ ਜਦੋਂ ਜਿੰਨਾ ਤੱਕ ਬਾਹਰ ਨਹੀਂ ਨਿਕਲੇਗੀ ਤਾਂ ਉਨ੍ਹਾਂ ਚਿਰ ਇਹ ਸੈਂਸਰ ਕੰਮ ਨਹੀਂ ਕਰੇਗਾ ਅਤੇ ਆਪਣੀ ਜਿਹੜੀ ਮੋਟਰ ਹੈ ਉਹ ਆਪਣੀ ਵਰਕ ਨਹੀਂ ਕਰੇਗੀ। ਜਾਂ ਔਫ ਕੰਡੀਸ਼ਨ ਲਗਾ ਲਓ ਜਾਂ ਔਨ ਕੰਡੀਸ਼ਨ ਲਗਾ ਲਓ, ਦੋਵਾਂ ਦੇ ਵਿੱਚ ਹੀ ਇਹ ਚੀਜ਼ ਮੈਟਰ ਕਰਦੀ ਹੈ ਆਪਣੀ ਕਿ ਇਹ ਰਿਲੇ ਆਪਣੀ ਕੰਮ ਕਰਨੀ ਚਾਹੀਦੀ ਹੈ। ਅਗਰ ਮੋਟਰ ਨੂੰ ਔਫ ਕਰਾਉਣਾ ਤਾਂ ਵੀ ਤਾਂ ਇਹ ਸਪਲਾਈ ਇੱਥੋਂ ਬੰਦ ਹੋਣੀ ਚਾਹੀਦੀ ਹੈ। ਅਤੇ ਅਗਰ ਆਪਾਂ ਔਨ ਕਰਨੀ ਹੈ ਤਾਂ ਇਹ ਇਨਪੁੱਟ ਹੈ ਆਪਣੀ, ਤਾਂ ਆਊਟਪੁੱਟ ਦੇ ਵਿੱਚੋਂ ਬਾਹਰ ਨਿਕਲਣੀ ਚਾਹੀਦੀ ਹੈ ਸਪਲਾਈ ਆਪਣੀ। ਬਾਕੀ ਹੁਣ ਚਲੋ ਮੈਂ ਤੁਹਾਨੂੰ ਫਿੱਟ ਕਰਕੇ ਦੱਸਦਾ ਜੀ ਕਿ ਕਿੱਦਾਂ ਫਿੱਟ ਕਰਨੀ ਹੈ। ਕੋਈ ਔਖੀ ਗੱਲ ਨਹੀਂ ਹੈ, ਤੁਹਾਡੇ ਕੋਲ ਬਸ ਇੱਕ ਪੇਚਕਸ ਹੋਣਾ ਚਾਹੀਦਾ ਆ, ਉਸਦੇ ਨਾਲ ਤੁਸੀਂ ਇਹਨੂੰ ਟਾਈਟ ਕਰ ਸਕਦੇ ਹੋ। ਔਰ ਪਿੱਛੇ ਜਿਹੜੇ ਨੇ ਇਹ ਥਿੰਬਲ ਵਾਲੇ ਕਨੈਕਸ਼ਨ ਨੇ ਤਾਂ ਇਹ ਪਿੱਛੇ ਥਿੰਬਲ ਲੱਗ ਜਾਂਦੇ ਨੇ, ਅਤੇ ਕੋਈ ਔਖਾ ਕੰਮ ਨਹੀਂ ਹੈ ਜੀ। ਬਸ ਇਸ ਦੇ ਵਿੱਚ ਇਹ ਹੈ ਕਿ ਧਿਆਨ ਇੱਕ ਗੱਲ ਧਿਆਨ ਦੇਣ ਵਾਲੀ ਹੈ ਕਿ ਜਿਸ ਤਰ੍ਹਾਂ ਆਪਾਂ ਇਸ ਨੂੰ ਖੋਲ੍ਹਾਂਗੇ ਤੁਸੀਂ ਉਸੇ ਤਰ੍ਹਾਂ ਹੀ ਕਨੈਕਸ਼ਨ ਇਸਦੇ ਕਰਨੇ ਨੇ। ਅਗਰ ਇਸ ਦੇ ਵਿੱਚ ਰੈੱਡ ਤਾਰ ਲੱਗੀ ਹੈ ਤਾਂ ਤੁਸੀਂ ਰੈੱਡ ਤਾਰ ਇੱਥੇ ਹੀ ਲਗਾਉਣੀ ਹੈ, ਅਗਰ ਗ੍ਰੀਨ ਤਾਰ ਇੱਥੇ ਲੱਗੀ ਹੈ ਤਾਂ ਗ੍ਰੀਨ ਤਾਰ ਇੱਥੇ ਲਗਾਉਣੀ ਹੈ। ਮਤਲਬ ਜਿੱਦਾਂ ਵੀ ਤੁਸੀਂ ਕਨੈਕਸ਼ਨ, ਕਈਆਂ ਦੇ ਵਿੱਚ ਕਲਰ ਕੋਡਿੰਗ ਦਾ ਫਰਕ ਹੁੰਦਾ ਜੀ ਵਾਇਰਿੰਗ ਦਾ, ਤਾਂ ਜਿਹੜੀ ਤਾਰ ਜਿੱਥੋਂ ਖੋਲ੍ਹਾਂਗੇ ਆਪਾਂ ਉਹ ਨੋਟਿਸ ਕਰਕੇ ਰੱਖਣੀ ਹੈ ਕਿ ਆਪਣੀ ਉਹ ਤਾਰ ਉੱਥੇ ਹੀ ਲੱਗੇ। ਔਰ ਇਹਦੇ ਵਿੱਚ ਇਹ ਕਿ ਮੇਰੀ ਗ੍ਰੀਨ ਤਾਰ ਇੱਥੇ ਲੱਗੀ ਹੋਈ ਅਰਥਿੰਗ ਦੀ, ਔਰ ਰੈੱਡ ਸੀ ਔਰ ਬਲੂ ਦੋ ਤਾਰਾਂ ਲੱਗੀਆਂ ਹੋਈਆਂ ਸੀਗੀਆਂ ਇਹਦੇ ਵਿੱਚ। ਤਾਂ ਮੈਂ ਚਲੋ ਤੁਹਾਨੂੰ ਟਾਈਟ ਕਰਕੇ ਦੱਸਦਾ ਜੀ ਇਸਦੇ ਕਨੈਕਸ਼ਨ ਕਿ ਕਿੱਦਾਂ ਕਰਨੇ ਆਪਾਂ। ਹੁਣ ਆਪਾਂ ਪਹਿਲਾਂ ਜੀ ਇਹਦਾ ਨਟ ਖੋਲ੍ਹਾਂਗੇ, ਪਲਾਸ ਦੇ ਨਾਲ ਆਪਾਂ ਇਹ ਜਿਹੜੀ ਪੱਤੀ ਹੈ ਇਹ ਫਿਟਿੰਗ ਦੇ ਹਿਸਾਬ ਨਾਲ ਲਗਾਉਣੀ ਹੈ ਜੀ। ਕਈ ਮਾਡਲਾਂ ਦੇ ਵਿੱਚ ਹੁੰਦਾ ਹੈ ਕਿ ਇਹ ਪੱਤੀ ਨਾਲ ਲੱਗਦੀ ਹੈ, ਪਰ ਮੇਰੇ ਜਿਹੜਾ ਇਹ ਮਾਡਲ ਹੈ ਇਹਦੇ ਵਿੱਚ ਇਹ ਪੱਤੀ ਨਾਲ ਨਹੀਂ ਸੀ ਲੱਗੀ ਹੋਈ, ਤਾਂ ਇਸ ਕਰਕੇ ਮੈਂ ਇਹ ਪੱਤੀ ਬਾਹਰ ਕੱਢ ਰਿਹਾ, ਇਸਦੀ ਮੈਨੂੰ ਕੋਈ ਲੋੜ ਨਹੀਂ ਹੈ ਕਿਉਂਕਿ ਜਿਹੜਾ ਮੇਰਾ ਪਹਿਲਾਂ ਲੱਗਿਆ ਹੋਇਆ ਸੀ ਥਰਮੋਸਟੇਟ ਅਤੇ ਉਸਦੇ ਉੱਪਰ ਕੋਈ ਪੱਤੀ ਨਹੀਂ ਸੀ ਲੱਗੀ ਹੋਈ, ਤਾਂ ਇਸ ਕਰਕੇ ਇਸ ਨੂੰ ਮੈਂ ਇਸੇ ਤਰ੍ਹਾਂ ਹੀ ਕੱਸ ਦੇਵਾਂਗਾ। ਹੁਣ ਆਪਾਂ ਇਹਦੇ ਵਿੱਚ ਫਿੱਟ ਕਰਨੀ ਹੈ ਜੀ, ਤਾਂ ਇਹ ਜਿਹੜੀ ਵਾਸ਼ਲ ਹੈ ਇਹਦੇ ਵਿੱਚ ਲਗਾ ਕੇ ਇਸ ਨੂੰ ਆਪਾਂ ਇਹਦੇ ਵਿੱਚ ਫਿੱਟ ਕਰ ਦਾਂਗੇ। ਇਹਨੂੰ ਟਾਈਟ ਕਰ ਦੇਣਾ ਜੀ ਪਲਾਸ ਦੇ ਨਾਲ, ਮਤਲਬ ਹਲਕਾ ਜਿਹਾ ਟਾਈਟ ਕਰਨਾ ਆਪਾਂ, ਮਤਲਬ ਘੁੰਮੇ ਨਾ ਹੀ, ਇਸਨੂੰ ਸੈਂਟਰ ਦੇ ਵਿੱਚ ਆਪਾਂ ਕਰਕੇ ਪਿੱਛੇ ਸੈਂਟਰ ਦੇ ਵਿੱਚ ਤਾਂ
ਤਾਂ ਇਹ ਆਪਣਾ ਹੁਣ ਫਿੱਟ ਹੋ ਗਿਆ ਜੀ। ਅਤੇ ਹੁਣ ਇਸ ਦੀ ਵਾਇਰਿੰਗ ਦਾ ਆਪਾਂ ਦੇਖ ਲੈਂਦੇ ਹਾਂ ਕਿ ਤੁਹਾਨੂੰ ਕਿ ਕਿੱਦਾਂ ਵਾਇਰਿੰਗ ਆਪਾਂ ਇਹਦੀ ਕਰਨੀ ਹੈ। ਹਾਂਜੀ ਹੁਣ ਆਪਾਂ ਇਸ ਨੂੰ ਚੈੱਕ ਕਰ ਲੈਂਦੇ ਹਾਂ ਲਗਾ ਕੇ। ਤੁਹਾਨੂੰ ਜਿਸ ਤਰ੍ਹਾਂ ਦੱਸਿਆ ਸੀ ਕਿ ਜਿਹੜਾ ਅੰਦਰ ਇੱਕ ਟੱਕ ਲੱਗਿਆ ਹੋਇਆ, ਆਪਾਂ ਟੱਕ ਵਾਲਾ ਜਿਹੜਾ ਸਾਈਡ ਹੈ ਉਹ ਇਸਦੀ ਜਿਹੜੀ ਇੱਧਰ ਕਟਿੰਗ ਹੋਈ ਹੋਈ ਆ ਉਹ ਇਸ ਸਾਈਡ 'ਚ ਆਪਾਂ ਫਸਾ ਦੇਣਾ ਉਸਨੂੰ ਧਿਆਨ ਨਾਲ ਦੇਖ ਕੇ। ਇਹ ਆਪਣੀ ਔਫ ਕੰਡੀਸ਼ਨ ਦੇ ਵਿੱਚ ਹੈ ਜੀ। ਹੁਣ ਦੇਖੋ ਹੁਣ ਇੱਕ ਨੰਬਰ ਦੇ ਉੱਪਰ ਦੋ ਤਿੰਨ ਜਿੱਥੇ ਵੀ ਆਪਾਂ ਸੈੱਟ ਕਰਨਾ ਉੱਥੇ ਆਪਾਂ ਸੈੱਟ ਕਰ ਸਕਦੇ ਹਾਂ। ਇਹ ਆਪਣਾ ਜਿਹੜਾ ਵਰਕਿੰਗ ਕਰ ਰਿਹਾ ਦੇਖੋ, ਜਦੋਂ ਔਫ 'ਤੇ ਆ ਜਾਂਦਾ ਤਾਂ ਇਸਦੇ ਅੰਦਰੋਂ ਟੱਕ ਦੀ ਆਵਾਜ਼ ਆਉਂਦੀ ਹੈ, ਤਾਂ ਇਸਦਾ ਮਤਲਬ ਕਿ ਸਵਿੱਚ ਇਹ ਔਫ ਕਰ ਦਿੰਦਾ। ਅਤੇ ਹੁਣ ਇਸਦੀ ਵਾਇਰਿੰਗ ਦੀ ਗੱਲ ਕਰਦੇ ਹਾਂ ਆਪਾਂ। ਪੁਰਾਣੇ ਵਾਲੇ ਦੇ ਵਿੱਚ ਜਿਹੜੀ ਸੀਗੀ ਆਪਣੀ ਅਰਥਿੰਗ ਦਿੱਤੀ ਹੋਈ ਸੀ, ਪਰ ਇਸਦੇ ਵਿੱਚ ਅਰਥਿੰਗ ਦੀ ਕੋਈ ਆਪਸ਼ਨ ਨਹੀਂ ਹੈ, ਤਾਂ ਇਸ ਲਈ ਆਪਾਂ ਜਿਹੜੀ ਇਹ ਗ੍ਰੀਨ ਵਾਇਰ ਹੈ ਇਸਨੂੰ ਆਪਾਂ ਇੱਦਾਂ ਹੀ ਛੱਡ ਦੇਵਾਂਗੇ। ਇਹ ਆਪਣੀ ਲੱਗੇਗੀ ਨਹੀਂ ਗ੍ਰੀਨ ਵਾਇਰ। ਔਰ ਜਿਹੜੀ ਇਹ ਤਾਰ ਆ ਰਹੀ ਹੈ ਆਪਣੀ ਜਿਹੜੀ ਰੈੱਡ ਵਾਇਰ ਹੈ, ਇਹ ਇਨਪੁੱਟ ਸਪਲਾਈ ਹੈ, ਇਹ ਨਿੱਚੇ ਵਾਲੇ ਪਾਸੇ ਲੱਗੇਗੀ। ਇਸਨੂੰ ਚੰਗੀ ਤਰ੍ਹਾਂ ਦਬਾ ਕੇ ਆਪਾਂ ਲਗਾ ਦੇਣਾ ਜੀ। ਤਾਂ ਜਿਹੜੀ ਬਲੂ ਵਾਇਰ ਆਪਣੀ ਇਹ ਆਊਟਪੁੱਟ ਹੈ, ਇਹ ਆਪਣੇ ਉੱਪਰਲੇ ਪਾਸੇ ਲੱਗ ਜਾਏਗੀ। ਔਰ ਅਰਥਿੰਗ ਵਾਲੀ ਹੁਣ ਜਿਹੜੀ ਵਾਇਰ ਆਪਣੀ ਇੱਥੇ ਅਰਥਿੰਗ ਇਹਦੇ ਵਿੱਚ ਹੈ ਨਹੀਂ, ਤਾਂ ਇਸ ਲਈ ਆਪਾਂ ਇਸਨੂੰ ਨਹੀਂ ਲਗਾਵਾਂਗੇ। ਔਰ ਹੁਣ ਆਪਣੀ ਸੈਂਸਰ ਵਾਲੀ ਵਾਇਰ ਰਹਿ ਗਈ ਜੀ। ਇਹ ਆਪਣੀ ਸੈਂਸਰ ਵਾਲੀ ਵਾਇਰ ਜਿਹੜੀ ਹੈ ਉਹ ਉੱਪਰ ਫਰਿੱਜ ਦੇ ਵਿੱਚ ਉੱਥੇ ਜਾ ਕੇ ਉੱਪਰ ਲੱਗੇਗੀ। ਸੈਂਸਰ ਵਾਇਰ ਜਿਹੜੀ ਹੈ ਉਹ ਆਪਣੇ ਉੱਥੇ ਲੱਗੇਗੀ। ਮੈਂ ਤੁਹਾਨੂੰ ਦੱਸਦਾ ਕਿ ਕਿੱਦਾਂ ਲੱਗੇਗੀ। ਆਪਾਂ ਇਸਨੂੰ ਪਹਿਲਾਂ ਫਿੱਟ ਕਰ ਲੈਂਦੇ ਹਾਂ। ਇਸਨੂੰ ਆਰਾਮ ਨਾਲ ਬੜੇ ਧਿਆਨ ਨਾਲ ਆਪਾਂ ਕੰਮ ਕਰਨਾ। ਸੈਂਸਰ ਨੂੰ ਆਪਾਂ ਬਾਹਰ ਵਾਲੀ ਸਾਈਡ ਆਪਾਂ ਕੱਢ ਲੈਣਾ ਜੀ ਵਾਇਰ ਨੂੰ, ਤਾਂ ਇਹਨਾਂ ਸਾਰੀ ਤਾਰਾਂ ਨੂੰ ਆਪਾਂ ਇਸ ਕਟਿੰਗ ਵਾਲੇ 'ਚੋਂ ਹੋਲ ਵਿੱਚੋਂ ਕੱਢ ਕੇ ਆਪਾਂ ਇਸਨੂੰ ਫਿੱਟ ਕਰ ਦੇਣਾ ਦੁਬਾਰਾ। ਆਪਣੀ ਇਸਨੂੰ ਸਿੱਧਾ ਕਰ ਲਵਾਂਗੇ ਆਪਾਂ ਅਤੇ ਇਸਦੇ ਵਿੱਚੋਂ ਦੀ ਪਿੱਛੋਂ ਆਪਾਂ ਕੱਢ ਕੇ ਲੈ ਜਾਵਾਂਗੇ। ਟਾਈਟ ਕਰ ਦੇਣਾ ਆਪਾਂ ਇਸਨੂੰ ਵੀ ਟਾਈਟ ਕਰ ਦੇਵਾਂਗੇ। ਹੁਣ ਆਪਣਾ ਜਿਹੜਾ ਸੈਂਸਰ ਸੀਗਾ ਉਹ ਇਹਦੇ ਵਿੱਚ ਫਿੱਟ ਸੀਗਾ ਜੀ, ਅਤੇ ਆਪਾਂ ਹੁਣ ਇਹਦੇ ਵਿੱਚ ਹੀ ਫਿੱਟ ਕਰ ਦੇਵਾਂਗੇ। ਫਿੱਟ ਕਰਕੇ ਫਿਰ ਇਹਦੇ ਵਿੱਚ ਆਪਾਂ ਟਾਈਟ ਕਰ ਦੇਵਾਂਗੇ। ਇਹ ਆਪਣਾ ਸੈਂਸਰ ਫਿੱਟ ਹੋ ਗਿਆ ਜੀ, ਅਤੇ ਹੁਣ ਆਪਾਂ ਇਸਨੂੰ ਟਾਈਟ ਵੀ ਕਰ ਸਕਦੇ ਹਾਂ।
ਇਸਨੂੰ ਟਾਈਟ ਕਰਨ ਲਈ ਆਪਾਂ ਨੂੰ ਫਰੀਜ਼ਰ ਦੇ ਵਿੱਚ ਇਹ ਨਟ ਲੱਗਿਆ ਹੋਇਆ, ਇਸ ਨੂੰ ਆਪਾਂ ਟਾਈਟ ਕਰ ਦਾਂਗੇ। ਇਸ ਦੇ ਵਿੱਚ ਟਾਈਟ ਹੋ ਜਾਏਗਾ। ਚਲੋ ਆਪਾਂ ਇਸਨੂੰ ਟਾਈਟ ਕਰ ਦਿੰਦੇ ਹਾਂ। ਲਓ ਜੀ, ਇਹ ਸਾਡਾ ਹੁਣ ਸੈੱਟ ਹੋ ਗਿਆ, ਟਾਈਟ ਹੋ ਗਿਆ ਸੈਂਸਰ ਵਾਲੀ ਤਾਰ ਜਿਹੜੀ ਹੈ। ਹੁਣ ਇਸਨੂੰ ਆਪਾਂ ਔਨ ਕਰਕੇ ਦੇਖ ਲਾਂਗੇ ਕਿ ਔਨ ਹੁੰਦਾ ਹੈ ਨਹੀਂ ਹੁੰਦਾ। ਔਰ ਇਹ ਬਟਨ ਆਪਣਾ ਰਹਿ ਗਿਆ, ਇਹ ਬਟਨ ਆਪਾਂ ਲਗਾ ਦੇਵਾਂਗੇ। ਇਹ ਜਦੋਂ ਬਰਫ਼ ਜੰਮ ਜਾਂਦੀ ਹੈ ਤਾਂ ਆਪਾਂ ਉਸ ਟਾਈਮ 'ਤੇ ਇਸ ਨੂੰ ਬਟਨ ਦਬਾ ਦਿੰਦੇ ਹਾਂ ਤਾਂ ਆਪਣੀ ਜਿਹੜੀ ਬਰਫ਼ ਜੰਮੀ ਹੁੰਦੀ ਹੈ ਉਹ ਬਾਹਰ ਨਿਕਲ ਜਾਂਦਾ ਪਾਣੀ ਬਣ ਕੇ, ਤਾਂ ਇਹ ਉਸ ਚੀਜ਼ ਦਾ ਕੰਮ ਕਰਦਾ। ਇਹ ਹੁਣ ਆਪਾਂ ਔਨ ਕਰਕੇ ਦੇਖਦੇ ਹਾਂ ਜੀ, ਸਪਲਾਈ ਦੇ ਕੇ ਫਰਿੱਜ ਫਰਿੱਜ ਚੱਲ ਚੁੱਕਿਆ ਜੀ, ਵਰਕਿੰਗ ਕਰ ਰਿਹਾ। ਤੁਹਾਨੂੰ ਆਵਾਜ਼ ਆ ਰਹੀ ਹੋਏਗੀ ਮੋਟਰ ਦੀ, ਇਹ ਔਫ ਹੈ। ਹੁਣ ਜਦੋਂ ਮੈਂ ਹੀ ਇਸਨੂੰ ਔਨ ਕਰਾਂਗਾ ਤਾਂ ਉਹਦੀ ਆਪਣਾ ਕੰਪਰੈਸ਼ਨ ਜਿਹੜਾ ਚੱਲ ਪਏਗਾ। ਪਿੱਛੋਂ ਪ੍ਰੈਸ਼ਰ ਦੀ ਆਵਾਜ਼ ਆ ਰਹੀ ਹੈ। ਇਹ ਆਪਣਾ ਫਰਿੱਜ ਹੁਣ ਜਿਹੜਾ ਜੀ ਔਨ ਹੋ ਗਿਆ, ਹੋ ਚੁੱਕਿਆ।